ਹੈਲੋ ਮੁੰਡਿਓ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਰੈਂਚ ਸੈਮੂਲੇਟਰ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਜਿਵੇਂ ਕਿ ਮੁੰਡਿਓ, ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਆਪਾਂ ਐਸ ਆਪਣਾ ਜਿਹੜਾ ਉਹ ਸਾਰਾ ਸੀਗਾ ਢਾਤਾ ਸੀਗਾ, ਅਤੇ ਢਾਉਣ ਤੋਂ ਬਾਅਦ ਆਹ ਗਾਵਾਂ ਵਾਲਾ ਆਪਾਂ ਨਵਾਂ ਬਣਾਇਆ ਸੀ ਆਟੋਮੈਟਿਕ ਫਾਰਮ, ਅਤੇ ਇਹਦੇ ਵਾਸਤੇ ਅੱਜ ਲੈ ਕੇ ਆਉਣੀ ਆ ਗਾਵਾਂ, ਅਤੇ ਪਲੱਸ ਆਪਾਂ ਆਪਣੇ ਘੋੜਿਆਂ ਨੂੰ ਟ੍ਰੇਨਿੰਗ ਵੀ ਦੇਣੀ ਆ। ਠੀਕ ਹੈ, ਮੈਂ ਅਤੇ ਸੰਨੀ ਦੋਹੇ ਟ੍ਰੇਨਿੰਗ ਦੇਵਾਂਗੇ ਘੋੜਿਆਂ ਨੂੰ ਅੱਗੜ ਪਿੱਛੜ। ਜਿਵੇਂ ਕਿ ਮੁੰਡੇ, ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀ ਆਪਣੀ ਘੋੜੀ ਨੇ ਬਸ਼ੇਰੀ ਦਿੱਤੀ ਸੀ, ਹੈ ਨਾ? ਹੁਣ ਬਸ਼ੇਰੀ ਆ ਕਿ ਬਸ਼ੇਰਾ ਇਹ ਨਹੀਂ ਪਤਾ, ਪਰ ਬਾਈ ਦੇਖੋ ਕਿੱਡਾ ਘੈਂਟ ਆ ਯਾਰ, ਬਾਈ ਭੂਰੇ ਵਾਲ ਆ ਅਤੇ ਚਿੱਟਾ, ਬਾਈ ਮਤਲਬ ਵਾਲਾਂ ਤੋਂ ਆਪਦੇ ਇਹ ਗਿਆ ਭਾਪੇ 'ਤੇ। ਠੀਕ ਹੈ, ਅਤੇ ਜੇ ਲੁੱਕ ਦੇਖੀ ਜਾਵੇ ਤਾਂ ਆਪਦੀ ਬੀਬੀ 'ਤੇ ਗਿਆ ਇਹ। ਅਤੇ ਮੁੰਡੇ, ਹੋਰ ਗੱਲਾਂ ਦੀਆਂ ਗੱਲਾਂ, ਘੋੜਿਆਂ ਦੇ ਆਪਾਂ ਨਾਮ ਵੀ ਰੱਖਣੇ ਆ, ਅਤੇ ਕਮਿਊਨਿਟੀ ਬਾਕਸ ਦੇ ਵਿੱਚ ਤੁਹਾਡੇ ਤੋਂ ਨਾਮ ਪੁੱਛਾਂਗੇ ਕਿਹੜੇ ਕਿਹੜੇ ਰੱਖੀਏ। ਮੁੰਡੇ, ਦੋ ਤਾਂ ਆਪਣੇ ਕੋਲ ਘੋੜੀਆਂ, ਇੱਕ ਕਾਲੇ ਰੰਗ ਦੀ ਘੋੜੀ ਆਹ, ਇਹਦਾ ਨਾਮ ਦੱਸ ਦਿਓ ਕੀ ਆ। ਆਹ ਚਿੱਟੇ ਰੰਗ ਦਾ ਘੋੜਾ, ਇਹਦਾ ਨਾਮ ਦੱਸ ਦਿਓ ਕੀ ਆ। ਅਤੇ ਉਹ ਜਿਹੜਾ ਆਪਣਾ ਜਵਾਕ ਆ, ਜਿਹੜਾ ਬਸ਼ੇਰੀ ਆ, ਹੈ ਨਾ, ਆਹ ਇਹਦਾ ਨਾਮ ਦੱਸ ਦਿਓ ਕੀ ਆ। ਅਤੇ ਪਰਲੇ ਪਾਸੇ ਆਪਣੇ ਕੋਲ ਦੋ ਹੈਗੇ ਆ ਘੋੜੇ, ਇਹਨਾਂ ਦੋਹਾਂ ਘੋੜਿਆਂ 'ਚੋਂ ਜਿਹੜਾ ਤਾਂ ਆਪਾਂ ਆਹ ਟ੍ਰੇਨ ਫੁੱਲ ਕੀਤਾ ਹੋਇਆ ਮੁੰਡੇ ਘੋੜਾ, ਇਹਦਾ ਨਾਮ ਆਪਾਂ ਰੱਖਣਾ ਤੂਫਾਨ। ਠੀਕ ਹੈ, ਉਹ ਤੂਫਾਨ ਨਾਮ ਕਨਫਰਮ ਆ। ਨਹੀਂ ਇੱਧਰ ਲੈ, ਇੱਧਰ ਲਈਏ ਖਸਮਾ ਜਿਹੜਾ ਮੈਂ ਹੁਣ ਚੱਕਿਆ। ਓਏ ਇੱਧਰ ਲੈ ਯਾਰ, ਮੈਂ ਟ੍ਰੇਨ ਕੀਤਾ, ਮੈਨੂੰ ਨਾ ਪਤਾ ਹੋਊਗਾ ਸੰਨੀ ਯਾਰ, ਛੜਾ ਬਹਿ ਕੇ ਦੇਖ ਉੱਪਰ ਆ ਜਾ। ਨਹੀਂ ਤੇ ਮੁੰਡੇ, ਇਹਦਾ ਨਾਮ ਤਾਂ ਤੂਫਾਨ ਸਿੰਘ ਕਨਫਰਮ ਆ ਬਾਈ। ਹੁਣ ਆਹ ਘੋੜੇ ਦਾ ਨਾਮ, ਤੇ ਉਹ ਦੋ ਘੋੜੀਆਂ ਦਾ ਨਾਮ, ਤੇ ਇੱਕ ਬਸ਼ੇਰੀ ਦਾ ਨਾਮ, ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ। ਅਤੇ ਮੁੰਡਿਓ, ਆਪਾਂ ਚੱਲਦੇ ਹਾਂ ਗਾਵਾਂ ਲੈਣ। ਮੱਲੀ ਮੱਲੀ ਕਿਨਾ ਸੰਨੀ, ਆ ਜਾ ਬਾਈ ਗਾਵਾਂ ਲੈਣ ਚੱਲੀਏ। ਸੋਰੀ ਮਾਈ ਬੈਡ ਬਾਈ, ਮੱਲੀ ਨਿਕਲ ਗਿਆ ਮੂੰਹੋਂ। ਆ ਜਾ, ਐਨੀਮਲ ਟ੍ਰੇਲਰ ਪਿਆ ਨਾ ਆਪਣੇ ਕੋਲੇ, ਨਿਕਲਣਾ ਚਾਹੀਦਾ। ਨਹੀਂ ਹਾਏ ਓਏ, ਐਨੀਮਲ ਟ੍ਰੇਲਰ ਪਿਆ ਹੀ ਨਹੀਂ ਬਾਈ, ਮੈਨੂੰ ਤਾਂ ਲੱਗਿਆ ਪਿਆ। ਮੈਂ ਚੌੜ ਕਰਨਾ। ਕਿੱਥੇ ਆ? ਔਰ ਆ ਬਾਈ ਐਵੇਂ ਗਾਪਲ। ਹਾਏ ਓਏ, ਵਿੱਚੋਂ ਲੱਕੜਾਂ ਕੱਢਣ ਵਾਲੀਆਂ ਨਾ, ਤੇ ਗਾਵਾਂ ਹੁਣ ਫਿਰ ਕਾਹਦੇ ਚ ਲੈ ਕੇ ਆਈਏ? ਵੱਡਾ ਟਰੱਕ ਹੈਗਾ, ਉਹਦੇ ਚ ਲਿਆਉਣੇ ਆ। ਚਾਰ ਆਏ, ਚਾਰ ਨਹੀਂ ਦੋ ਆਉਂਦੀਆਂ ਉਹਦੇ ਚ, ਦੋ ਆਉਂਦੀਆਂ ਉਹਦੇ ਚ, ਦੋ ਆਉਂਦੀਆਂ ਇਹ ਚ, ਚਾਰ ਆਉਂਦੀਆਂ ਇਹ ਚ। ਕਰ ਕਾਂ ਕਰਦੇ, ਮੈਂ ਕਰ ਦਿੰਦਾ, ਘੱਟ ਹੀ ਆ। ਫਿਰ ਆ ਜਾ ਉਹਦੇ ਲੱਕੜਾਂ ਵਾਲੇ ਕੋਲ ਹੀ ਆ ਜਾ। ਇਹ ਲੈ ਬਈ ਮੁੰਡਿਓ, ਇੱਥੇ ਪੁੱਠਾ ਕਰਕੇ ਲਾ ਦਈਏ ਲੱਕੜਾਂ, ਇਹਦੇ 'ਚ ਪਾ ਦਈਏ ਰੈਕਾਂ ਜਾਂ ਜੀ। ਆਹ ਚੱਕ ਸੰਨੀ ਬਾਈ, ਬਸ 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 ਬਾਈ, ਮੀਂਹ ਦਾ ਤਾਂ ਸਾਡੇ ਨਾਲ ਮੁੰਡਿਓ ਵੈਰ ਆ ਬਾਈ, ਇਹ ਤਾਂ ਆਉਣਾ ਹੀ ਹੁੰਦਾ ਖਸਮ ਨੇ ਤੇਰੇ ਨਾਲ। ਉਹ ਚੱਕਣੀਆਂ ਪੈਣੀਆਂ ਪਹਿਲਾਂ ਤਾਂ ਗਾਂਹ ਵਾਲੀਆਂ। ਲੈ ਬਾਈ ਯਾਰ, ਇਹ ਦੱਸ ਮੀਂਹ ਨੇ ਕੀ ਕੀਤਾ ਯਾਰ? ਅੱਜ ਤਾਂ ਆਪਣੀ ਰੱਬ ਨੇ ਵੀ ਨਹੀਂ ਸੁਣਨੀ ਕਿ ਸੁਣ ਲੂਗਾ ਸੰਨੀ, ਰੱਬ ਨੂੰ ਜੇ ਕਹਿ ਦਈਏ ਤਾਂ। ਹਲੇ ਨਹੀਂ ਸੁਣਦਾ, ਠਹਿਰ ਕੇ ਜੇ, ਠਹਿਰ ਕੇ ਜੇ ਸੁਣੂਗਾ। ਬਾਹਲੀ ਆਵਾਜ਼ ਆ ਮੀਂਹ ਦੀ ਮੁੰਡਿਓ, ਹੱਦੋਂ ਵੱਧ ਬਾਈ। ਥੋੜ੍ਹਾ ਜਿਹਾ ਗੇਮ ਵਾਲਿਆਂ ਨਾਲ ਬਾਈ ਅਸੀਂ ਗੱਲ ਕਰ ਰਹੇ ਹਾਂ ਵੀ ਹੋਰ ਵਿੱਚ ਕੀ ਕੀ ਸਮਾਨ ਪਾਓ ਤੁਹਾਡੇ ਕਰਕੇ ਕਹਿਣ 'ਤੇ ਬਾਈ। ਅਤੇ ਇੱਧਰਲੇ ਪਾਸੇ
ਆ ਚੱਕ ਲੱਕੜਾਂ ਹੋ ਗਿਆ ਬਾਈ, ਹੋਰ ਗੱਲਾਂ ਦੀਆਂ ਗੱਲਾਂ, ਘੋੜੇ ਦੇਖੀ ਗਿੱਲਾ ਹੋ ਕੇ ਕਿੱਡਾ ਘੈਂਟ ਲੱਗਦਾ ਪਿਆ ਹੋ ਯਾ। ਹਾਏ ਓ ਬਾਈ, ਮੈਨੂੰ ਲੱਗਿਆ ਆਪਣੀ ਬਛੇਰੀ ਦੇ ਬਾਈ ਦਾਣੇ ਜੇ ਹੋ ਗਏ ਬਾਈ। ਦੂਰੋਂ ਜੀ ਐਂ ਲੱਗਿਆ ਜਿਵੇਂ ਬਛੇਰੀ ਦੇ ਦਾਣੇ ਜੇ ਹੋ ਗਏ ਹੁਣ। ਹਾਂ ਲੈ ਬਈ, ਇਹਦੇ ਚ ਪਤਾ ਨਹੀਂ ਜਾਨਵਰ ਲਿਆਉਣ ਦੀ ਇਹ ਮਸ਼ੀਨ ਹੈ ਹਨਾ, ਮਸ਼ੀਨ ਕਹਿੰਦਾ ਆਪਣਾ ਸੰਦ, ਅਸੀਂ ਮੁੰਡੇ ਇਹਦੇ ਚ ਲੱਕੜਾਂ ਦਾ ਕੰਮ ਕਰਦੇ। ਹਾਏ ਲੱਕੜਾਂ ਵਾਹਵਾ ਹੀ ਆ ਜਾਂਦੀਆਂ ਬਾਈ, ਪੇਂਟ ਟ੍ਰੇਲਰ ਨਾਲੋਂ ਵੀ ਵੱਧ ਆਉਂਦੀਆਂ। ਹਾਂ ਆ ਚੱਕ, ਆ ਚੱਕ, ਆ ਚੱਕ, ਆਪਾਂ ਐਂ ਕਰਿਆ ਕਰਾਂਗੇ, ਆਹੀ ਭਰਦਾ ਕਰਾਂਗੇ ਨਾ, ਕੀ ਇਹੋ ਜਿਹੇ ਆਸੇ ਪਾਸੇ ਲਾ ਦਿੰਦੇ ਤਿੰਨ ਚਾਰ। ਹਾਂ ਭਰਤਾ ਦਿਆ ਕਰਾਂਗੇ, ਕੀ ਮੈਨੂੰ ਸਮਝ ਨਹੀਂ ਲੱਗਿਆ, ਰੈਕ ਜੀ ਕਿ ਟ੍ਰੇਲਰ? ਹਾਂ ਰੈਕ ਜੇ ਤਾਂ ਕਿੰਨੇ ਵਾਰੀ ਬਣਾ ਕੇ ਜਦੋਂ ਖਾਲੀ ਹੋ ਜਾਂਦਾ ਤੋੜ ਵੀ ਦਿੰਨੇ ਆ, ਇਹਦੇ ਕੀ ਇਹ ਪਤਾ ਨਹੀਂ ਕਿਵੇਂ ਬਚੇ ਰਹਿ ਗਏ ਉੱਤੇ ਕਰਕੇ ਕਿ ਹਟਦੇ। ਬਾਬਾ ਹਟ ਜੇ ਵੀ, ਆ ਜਾ ਬਹਿ ਜਾ, ਬਹਿਣਾ ਹੀ ਮਗਰ ਪੈਣਾ ਬਾਈ, ਹੋਰ ਤਾਂ ਰਾਹ ਹੀ ਆਣੀ, ਆਉਂਦੇ ਹੋਏ ਕਿਵੇਂ ਬੈਠੇਗਾ, ਜਾਨਵਰਾਂ ਦੇ ਨਾਲ ਬਹਿ ਕੇ ਆਏਗਾ? ਜਰਨਲ ਸਟੋਰ ਤੇ ਜਾਣਾ ਨਾ, ਜਰਨਲ ਨਹੀਂ, ਹਾਂ ਜਰਨਲ ਹੀ ਪਮਾ ਹੀ ਆਪਾਂ ਲੋ ਜੀ। ਹਾਏ ਤੇ ਮੁੰਡੇ ਦੇਖਦੇ ਆ ਅੱਜ ਆਪਾਂ ਮਤਲਬ ਦੇਸੀ ਗਾਵਾਂ ਲੈ ਕੇ ਆਉਣੀ ਹੈ ਕਿ ਅਮਰੀਕਨ, ਅੱਜ ਚੂਜ਼ ਕਰਕੇ ਲੈ ਕੇ ਆਵਾਂਗੇ। ਯਾਰ ਮੈਂ ਕਹਿੰਦਾ ਇੱਕ ਜੋੜਾ ਦੇਸੀਆਂ ਦਾ ਲੈ ਲਈਏ ਤੇ ਇੱਕ ਜੋੜਾ ਅਮਰੀਕਨ ਦਾ, ਪਹਿਲਾਂ ਜਾ ਕੇ ਦੇਖਦੇ ਹਾਂ ਕਿਹੜੀ ਕਿਹੜੀ ਵਰਾਇਟੀ ਅਵੇਲੇਬਲ ਆ, ਜੇ ਤਿੰਨ ਹੋਇਆ ਹੋ ਸਕਦਾ ਅਮਰੀਕਨ ਦੀ ਬਜਾਏ ਕੋਈ ਹੋਰ ਲੈ ਲਈਏ। ਹਾਂ ਲੈ ਬਈ ਮੁੰਡਿਓ, ਮੀਂਹ ਵੀ ਦੇਖੋ ਕਿੰਨਾ ਬਈ, ਸੰਨੀ ਤਾਂ ਆਰਾਮਦਾਰੀ ਨਾਲ ਪਿੱਛੇ ਬੈਠਾ ਮੀਂਹ ਤੋਂ ਬਚ ਕੇ, ਅਤੇ ਆਪਾਂ ਨੂੰ ਮੀਂਹ 'ਚ ਟਰੈਕਟਰ ਚਲਾਉਣਾ ਪੈ ਰਿਹਾ ਬਾਈ। ਹਾਏ ਬਾਈ ਹੋਰ ਗੱਲਾਂ ਦੀਆਂ ਗੱਲਾਂ, ਟਰੈਕਟਰ ਦੀ ਤਾਂ ਆਵਾਜ਼ ਹੀ ਨਹੀਂ ਸੁਣਦੀ ਬਈ, ਇੰਨੇ ਮੀਂਹ ਦੇ ਆਵਾਜ਼ ਆ ਬਾਈ। ਆਹ ਦੇਖ ਸੰਨੀ ਜਾਨਵਰ ਨੂੰ ਬਾਈ ਐਨੀਮਲ ਟ੍ਰੇਲਰ 'ਚ ਪਾਇਆ ਪਿਆ, ਮੰਨ ਗਿਆ ਬਾਈ, ਮੋੜ ਕੇ ਲਾਈਏ, ਪਹੁੰਚ ਤਾਂ ਗਏ ਆ ਮੁੰਡਿਓ, ਮੋੜ ਕੇ ਤਾਂ ਕਾਹਦੇ ਵਾਸਤੇ, ਐਂ ਐਂ ਲਾ ਦਿੰਦੇ ਹਾਂ। ਲੈ ਬਈ ਚੱਲਦੇ ਹਾਂ ਆਪਾਂ ਕਾਲੋ ਕੋਲੇ, ਕਿਵੇਂ ਆ ਕਾਲੋ, ਹੋਰ ਘਰ ਸਭ ਠੈਕ ਠੀਕ ਠਾਕ ਆ? ਅੱਜ ਤਾਂ ਬੁਲਾਉਂਦੀ ਨਹੀਂ, ਗੁੱਸੇ ਆ ਅੱਜ ਤਾਂ, ਗੁੱਸੇ ਆ। ਇੱਕ ਹੈਗੀ ਆ ਚਿੱਟੀ ਗਾਂ, ਇੱਕ ਹੈਗੀ ਆ ਦੇਸੀ ਗਾਂ, ਅਮਰੀਕਨ ਨਹੀਂ ਅੱਜ ਲੈ ਕੇ ਜਾਂਦੇ ਸੰਨੀ। ਚਿੱਟੀ ਗਾਂ ਦਾ ਦੁੱਧ ਵੀ ਦੇਖ ਲਈਏ ਕਿੰਨਾ ਕਾ, ਅਮਰੀਕਨ ਦਾ ਤਾਂ ਆਪਾਂ ਨੂੰ ਪਤਾ ਹੀ ਆ ਚਿੱਟੀ ਕਿੰਨਾ ਦਿੰਦੀ ਆ। ਚੱਲ ਫਿਰ ਚਿੱਟੀ ਚੱਕ, ਇੱਕ ਚਿੱਟੀ ਚੱਕ ਲਈ, ਇੱਕ ਦੇਸੀ ਚੱਕ ਲਈ, ਅਤੇ ਚਿੱਟਾ ਬੁੱਲ ਚੱਕ ਲਿਆ ਅਤੇ ਦੇਸੀ ਬੁੱਲ ਚੱਕ ਲਿਆ, ਬੁੱਲ ਮਤਲਬ ਢੱਠਾ। ਹਾਏ ਓਏ ਬਾਈ ਬਾਈ, ਮੈਂ ਐਡ ਟੂ ਕਾਰਡ ਕਰਕੇ ਆ ਗਿਆ, ਬਾਏ ਕਰਨਾ ਭੁੱਲ ਹੀ ਗਿਆ, ਮਾਈ ਐਪੋਲੋਜੀ ਸਰ। ਲੈ ਵੀ ਮੁੰਡੇ ਉਹ ਪਰਚੇਸ ਕਰ ਲਿਆ ਅਤੇ ਆ ਗਿਆ ਹੁਣ। ਹਾਏ ਓਏ ਬਾਈ ਕਿੰਨਾ ਘੈਂਟ ਆ ਚਿੱਟਾ ਬੁੱਲ ਦੇਖ, ਬਹੁਤ ਸੋਹਣਾ ਚੱਕ।
ਹਾਂ ਉਹ ਚੱਕ ਖੜ ਗਿਆ ਇਹਦੇ। ਹਾਏ ਓਏ, ਠੀਕ ਹੈ ਸੰਨੀ ਬਾਈ। ਲੈ ਬਾਈ ਆਪਣੀਆਂ ਦੇਸੀ ਗਾਵਾਂ ਆ ਗਈਆਂ ਬਾਈ ਹੁਣ ਤਾਂ, ਦੇਸੀ ਦੂਜੇ ਵੀ ਆ ਗਏ ਤੇ ਚਾਰ ਹੀ ਦੇਸੀ ਆਉਂਦੇ ਅੱਜ, ਦੂਜੇ 'ਚ ਦੋ ਆਉਂਦੇ ਆ ਨਾ ਫਿਰ ਕਿੰਨੇ ਟਰੱਕ ਜ਼ਿਆਦਾ 'ਚ। ਆਉਂਦੇ ਤੂੰ ਹੁਣ ਕਿੱਥੇ ਬਹਿ ਕੇ ਆਏਗਾ, ਦੱਸਦਾ ਤੈਨੂੰ ਡਰਦਾ ਕਾਹਤੋਂ ਆ। ਜਲਦੀ ਦੱਸ ਨਾ, ਮੀਂਹ ਵੀ ਰੁਕ ਗਿਆ ਬਾਈ ਲੱਗਦਾ, ਬਾਬੇ ਨੇ ਸੁਣ ਲਈ। ਹਾਏ ਵੇ ਤੇ ਸੰਨੀ ਬਾਈ, ਧਿਆਨ ਨਾਲ ਹੱਥ ਫੜ ਕੇ ਬੈਠੀ ਬਾਈ। ਹਾਏ ਓਏ ਸੰਨੀ, ਮੈਨੂੰ ਤਾਂ ਤੇਰੀ ਪੈਂਟ ਹੀ ਦੀਂਦੀ ਪਈ ਸੀ, ਮਜ਼ਾਕ ਦੀ ਗੱਲ ਨਹੀਂ। ਪੈਂਟੀ? ਪੈਂਟ ਪੈਂਟ ਨਾਟ ਪੈਂਟੀ। ਅੱਛਾ ਆਹੋ, ਤੇਰਾ ਫਿਰ ਗਾਵਾਂ ਨੂੰ ਆਪਣੀਆਂ ਨੂੰ, ਗਾਵਾਂ ਤੇ ਬਲਦ ਨੂੰ ਇਕੱਠਿਆਂ ਨੂੰ ਛੱਡਣਾ ਪੈਣਾ। ਕੇਰਾਂ ਛੱਡ ਦਾਂਗੇ, ਹਾਂ ਕੇਰਾਂ ਖੁੱਲੇ ਜੀ ਛੱਡ ਦਾਂਗੇ, ਐ ਕਰ। ਖੁੱਲੇ 'ਚ ਕਿੱਥੇ, ਮੂਹਰੇ ਗੇਟ ਲੱਗੇ? ਨਹੀਂ ਮੂਹਰੇ ਨਹੀਂ ਗੇਟ ਲਾਇਆ ਨਾ, ਫਿਰ ਗੇਟ ਲਾਤਾ ਤਾਂ ਅੰਦਰ ਉਹ ਨਹੀਂ ਵੜਦੇ ਗੇ ਆਪਣੇ ਟ੍ਰਿਲਰ ਟਰੂਲਰ। ਵੈਸੇ ਨਾ ਸਹੀ ਦੱਸਾਂ ਤਾਂ ਜਿਹੜੇ ਗਾਵਾਂ ਗੂਵਾਂ ਵਾਲਾ ਸੀ ਖੇਤ ਦੇ ਆਸੇ ਪਾਸੇ ਬਣਾਉਣਾ ਸੀ ਆਪਾਂ, ਹਨਾ। ਵਿਚਾਰਾ ਸੀ ਇੱਥੋਂ ਭਾ ਦੇਣੀਆਂ ਹਾਂ ਲਗਾ ਕੇ, ਹਾਂ ਨਹੀਂ ਉੱਥੇ ਸਹੀ ਹੈ, ਨੇੜੇ ਹੈ, ਬਾਹਲਾ ਦੂਰ ਨਹੀਂ ਖੇਤ ਤੋਂ, ਪਹੁੰਚ ਆਪਾਂ ਗਏ ਪਿੱਛੋਂ ਦੀ ਚਲਾ ਕੇ ਜਾਵੜਾ ਕਰਾਂਗੇ। ਬਾਈ ਟਰੈਕਟਰ ਘੈਂਟ ਚੱਲਦਾ ਯਾਰ, ਉਹ ਕਿੱਡਾ ਟ੍ਰੇਲਰ ਆ ਬਾਈ, ਖਿੱਚ ਕੇ ਲੈ ਕੇ ਆ ਗਿਆ ਬਣਾ। ਹਾਂ ਉਹ ਕਰੀ ਪੀਟਰੀ ਜੀ ਪਾਸੇ ਤੇ ਮੈਂ ਦਰਖਤ ਵੀ ਲਾਤੇ ਸੀ ਸੱਚ ਸੰਨੀ, ਦੇਖ ਦੇਖ ਲੈਣਾ। ਹਾਏ ਓਏ ਕਰੀ ਨਿਕਲਦੀ ਆ, ਅੱਗੇ ਕਰਕੇ ਬਾਈਕ ਨੂੰ ਕਰਨਾ ਪੈਣਾ। ਨਹੀਂ ਫਸ ਗਿਆ ਫਸ ਗਿਆ ਫਸ ਗਿਆ, ਖੜ ਜਾ ਖੜ ਜਾ, ਆਈ ਕੱਢ ਕੇ ਦੇ। ਓਏ ਓਏ ਕਿੱਧਰ ਭੱਜਦਾ, ਐਂ ਭੱਜਣ ਦੇ ਦੂੰ ਤੈਨੂੰ, ਆ ਜਾ ਇੱਧਰ ਆ ਜਾ ਆ ਜਾ ਆ ਜਾ, ਆ ਰਹੀ ਗਾ ਅੰਦਰ ਹੀ ਆ, ਇਹਦੇ ਆਲੇ ਪਾਸੇ ਛੱਡ ਦੇ ਆ ਇੱਧਰ ਜਿੱਧਰ ਆਹ ਇਹ ਵਾਲੀ ਗਾਂ ਨੂੰ। ਓਏ ਜੇ ਇਸ ਗਾਂ ਦੇ ਉੱਤੇ ਦੂਜਾ ਢੱਠਾ ਚੜਾ ਦਈਏ ਐਂ, ਇੱਕ ਹੋ ਜੂ ਕੰਮ, ਪੱਕੀ ਗੱਲ ਹੈ, ਦੇਖ ਲੈਣਾ ਟੈਸਟਿੰਗ ਹੀ ਹੈ। ਹਾਏ ਓਏ ਫਿਰ ਨਾ ਡਬਲ ਬਰੀਡ ਪੈਦਾ ਹੋਊਗੀ ਬਾਈ ਮੁੰਡਿਓ, ਸਮਝ ਨਹੀਂ ਲੱਗਣਾ ਦੇਸੀ ਕੇ ਯਾਰ। ਆ ਢੱਠਾ ਘੈਂਟ ਆ ਯਾਰ ਚਿੱਟਾ, ਮੈਨੂੰ ਤਾਂ ਹੋਰ ਗੱਲਾਂ ਦੀ ਗੱਲਾਂ ਭਾਈ ਦੀਆਂ ਭਾਈ ਦੀਆਂ ਭਾਈ ਦੀਆਂ ਕਿੱਧਰ ਭਾਈ ਦੀਆਂ ਆ ਇੱਧਰ ਬਾਈ, ਚਿੱਟੀ ਗਾਂ ਘੈਂਟ ਆ ਯਾਰ ਮੈਨੂੰ ਤਾਂ ਲੱਗੀ ਬਾਈ, ਮੀਂਹ ਫੇਰ ਆ ਗਿਆ ਯਾਰ, ਇਹ ਕੀ ਗੱਲ ਹੁੰਦੀ ਹੈ ਯਾਰ। ਹਾਂ ਚੱਕ ਬਸ ਖਾ ਲਿਆ ਕਰਨ, ਇਹ ਜਿਹੜੇ ਹਿਸਾਬ ਨਾਲ ਆਪਾਂ ਲਾਏ ਆ ਨਾ ਇਹਨਾਂ ਦੇ ਖਾਣੇ ਵਾਲੇ। ਦੋਵੇਂ ਪਾਸੇ ਹੋ ਗਏ, ਇੱਧਰ ਵੀ ਲਾਤਾ ਅਤੇ ਮੁੰਡੇ ਉੱਧਰ ਵੀ ਲਾਤਾ ਹੈ, ਅਤੇ ਚੌਂਕੇ ਦੇਖੀਏ ਪਹਿਲਾਂ ਤਾਂ, ਇਹ ਚਿਉਂਈਆਂ ਜਾਂਦੀਆਂ ਕਹਿੰਦਾ ਤਾਂ ਸੀਗਾ ਉਹ। ਤਾਂ ਦੇਖ ਲਈ ਟ੍ਰੇਲਰ ਨਾ ਕਢਾ ਦਿੰਦਾ ਪਹਿਲਾਂ, ਟ੍ਰੇਲਰ ਫਸ ਗਿਆ, ਚੋਈਆਂ ਵੀ ਨਹੀਂ ਜਾਂਦੀਆਂ ਹਜੇ ਤਾਂ, ਉਹ ਤਾਂ ਕਹਿੰਦਾ ਸੀ ਸੂਣ ਵਾਲੀਆਂ ਯਾਰ ਇਹ। ਪੀਟਰੀ ਲੈ ਕੇ ਆਵਾਂ ਮਗਰੋਂ ਧੱਕਾ ਮਾਰੂੰ, ਲੈ ਆ ਜਾ
ਲੈ ਵੀ ਮੁੰਡੇ ਧੱਕਾ ਮਾਰਨਾ ਪੈਣਾ ਪਿੱਛੋਂ ਬੀਟਰੀ ਨਾਲ, ਇਹ ਟ੍ਰੇਲਰ ਫਸ ਗਿਆ। ਚੱਲ ਚੱਲ ਮਾਰਦਾ, ਫੇਰ ਮਾਰਦਾ ਇੱਕ ਵਾਰੀ। ਚੱਲ ਕਿਉਂ ਮੰਨਦਾ ਜੀ ਅੱਟ ਨੂੰ? ਨਾ ਮੰਨ। ਅਤੇ ਆਪਾਂ ਘੋੜੇ ਵਾਲਿਆਂ ਪਾਸੇ ਮੁੰਡੇ ਦਰੱਖਤ ਵੀ ਲਾ ਕੇ ਆਉਣਾ। ਹਾਏ ਓਏ ਮੀਂਹ ਬਾਹਲਾ ਹੀ ਤੇਜ਼ ਆ ਗਿਆ ਬਾਈ, ਬਾਹਲਾ ਹੀ ਜ਼ਿਆਦਾ ਤੇਜ਼। ਲੈ ਬਈ ਮੁੰਡਿਓ ਜਾਨਵਰ ਆਪਾਂ ਸ਼ਿਫਟ ਕਰਤੇ ਆ ਹੈਂ, ਅਤੇ ਮੀਂਹ ਵੀ ਰੁਕ ਗਿਆ ਬਾਈ। ਦੇਖੋ ਬਾਈ ਇੱਧਰਲੇ ਪਾਸੇ, ਅਤੇ ਗਾਂ ਆਪਣੀ ਹੋਇਆ ਕੁਛ ਗਾਂ ਦਾ? ਨਾ ਇੰਨੀ ਜਲਦੀ ਤਾਂ ਕਾਹਦਾ ਹੋਣਾ ਹੈ ਨਾ। ਅਤੇ ਚੱਲਦੇ ਮੁੰਡਿਓ ਪਰਲੇ ਪਾਸੇ, ਆਪਾਂ ਬੱਕਰੀਆਂ ਵਾਲੇ ਪਾਸੇ ਵੀ ਮਾੜਾ ਜਿਹਾ ਗੇੜਾ ਮਾਰ ਲਈਏ, ਅਤੇ ਫਿਰ ਘੋੜਿਆਂ ਨੂੰ ਟ੍ਰੇਨਿੰਗ ਦਿੰਦੇ ਹਾਂ। ਇਹ ਬੱਕਰੀਆਂ ਵੀ ਆਪਣੀਆਂ ਬਾਈ ਸੂਣ ਵਾਲੀਆਂ, ਅਤੇ ਬੱਕਰੇ ਦੇਖੋ ਮੂਹਰੇ ਕਿੰਨੇ ਹੋਏ ਪਏ ਆ ਬਾਈ। ਇਹਨਾਂ ਦਾ ਮੀਟ ਬਣਨਾ ਰੋਸਟਡ। ਹਾਂ ਦਿਨ ਦੇਖ ਕੇ ਨਾ 69, ਵਾਹ ਬ੍ਰੋ ਮੁੰਡੇ, ਅਤੇ ਗੇਮ ਦੇ ਵਿੱਚ ਆਪਾਂ ਨੂੰ 69 ਦਿਨ ਹੋ ਗਿਆ। 69, ਹਾਏ ਓਏ, ਅਤੇ ਘੋੜੀਆਂ ਆਪਣੀਆਂ ਖੁਦ ਹੀ ਭੱਜਦੀਆਂ ਫਿਰਦੀਆਂ ਯਾਰ। ਸੰਨੀ ਆ ਜਾ ਮਾੜਾ ਜਿਹਾ ਯਾਰ, ਟ੍ਰੇਨਿੰਗ ਦੇ ਦਈਏ ਇਹਨਾਂ ਦੀ, ਫਿਰ ਆਪਣੀ ਬਛੇਰੀ ਬਹੁਤ ਘੈਂਟ ਪੈਦਾ ਹੋਣੀ ਆ ਜਿਹੜੀ ਨਵੀਂ ਹੋਊਗੀ। ਆਪਾਂ ਪੂਰੇ ਟ੍ਰੇਨਿੰਗ ਵਾਲੇ ਘੋੜੇ ਘੋੜੀ ਦਾ ਉਹ ਕਰਾਇਆ ਕਰਾਂਗੇ ਸੰਬੰਧ। ਅਤੇ ਜੇ ਇੱਥੇ ਦੀ ਬਜਾਏ ਆਪਾਂ ਇਹਨਾਂ ਨੂੰ ਬਾਹਰ ਵੀ ਭਜਾਈਏ, ਹੋਊਗੀ ਹੋਊਗੀ। ਹਾਂ ਲੈ ਬਈ ਮੁੰਡੇ ਦੇਖੋ ਆਪਣੀ ਘੋੜੀ ਆ ਵੀ ਘੈਂਟ ਭੱਜਦੀ ਆ ਬਾਈ, ਪਰ ਥੋੜ੍ਹਾ ਜਿਹਾ ਨਾ ਆਹ ਚੱਕ ਅੰਦਰ ਕਿੱਥੋਂ ਆਇਆ ਦੇਖਿਆ ਸੀ ਸੰਨੀ, ਤੂੰ ਛਾਲ ਨਹੀਂ ਚੈੱਕ ਕਰੀ ਹੁਣੇ ਘੋੜੀ ਦੀ ਬਾਈ? ਪਰ ਇੱਥੇ ਜ਼ਿਆਦਾ ਜਲਦੀ ਵੱਧਦੀ ਆ, ਬਾਹਰ ਨਹੀਂ। ਆ ਬਛੇਰੀ ਨੂੰ ਪਰਲੇ ਪਾਸੇ ਹੀ ਛੱਡ ਆਵਾਂ ਯਾਰ, ਇਹ ਵਿੱਚ ਅੜਦੀ ਆ ਹੈ ਨਾ, ਮੈਂ ਛੱਡ ਕੇ ਆਉਣਾ ਪਰਲੇ ਪਾਸੇ ਫਿਰ ਬਛੇਰੀ ਨੂੰ। ਲੈ ਮੁੰਡੇ ਘੋੜੀ ਤੋਂ ਉਤਰੀਏ, ਅਤੇ ਬਛੇਰੀ ਨੂੰ ਉੱਧਰ ਛੱਡ ਕੇ ਆਈਏ। ਆ ਜਾ ਆ ਜਾ ਆ ਜਾ ਪੁੱਤ, ਆ ਜਾ ਆ ਜਾ ਆ ਜਾ। ਲੈ ਬਾਈ ਇਹਨੂੰ ਛੱਡ ਕੇ ਆਈਏ ਇਹਦੇ ਤਬੇਲੇ 'ਚ ਬਾਈ। ਬਾਈ ਕਿੰਨਾ ਪਿਆਰਾ ਯਾਰ, ਦੇਖੋ ਯਾਰ ਬਾਈ ਮੁੰਡੇ ਹੋ ਯਾਰ, ਕਿਉਂ ਹਜੇ ਇਹਦੇ 'ਤੇ ਆਪਾਂ ਨਾ ਸਵਾਰੀ ਨਹੀਂ ਕਰ ਸਕਦੇ, ਛੋਟਾ ਵਾਲਾ। ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ, ਗੇਟ ਭੇੜੀਏ। ਇਹ ਖਾ ਪੀ ਸਕਦੀ ਹੈ ਇੱਥੇ? ਹਾਂ ਖਾ ਪੀ ਸਕਦੀ ਹੈ। ਲੈ ਬਈ ਇਹਨੂੰ ਕਰੀਏ ਆਜ਼ਾਦ, ਰਹਿ ਉੱਥੇ ਪੁੱਤ। ਅਤੇ ਆ ਵੀ ਘੋੜਾ ਮੁੜ ਕੇ ਉੱਧਰ ਬਾਅਦ 'ਚ ਲੈ ਕੇ ਜਾਵਾਂਗੇ। ਅਤੇ ਉੱਧਰ ਦੇਖੋ ਮੁੰਡੇ ਸੰਨੀ ਕਰਾ ਰਿਹਾ ਨਾ ਟ੍ਰੇਨਿੰਗ ਘੋੜਿਆਂ ਦੀ ਬਾਈ। ਚੱਕ ਬਾਈ ਸੰਨੀ, ਆ ਜਾਓ ਬਾਈ ਇਹਦੀ ਆਪਾਂ ਟ੍ਰੇਨਿੰਗ ਕਰਾਈਏ। ਐਸ ਲੋਟ ਨਹੀਂ ਵੈਸੇ ਮੈਂ ਟ੍ਰੇਨਿੰਗ ਕਰਾਈ, ਮੈਂ ਦੂਸਰੇ ਲੋਟ ਹੀ ਟ੍ਰੇਨਿੰਗ ਲਾਈ ਆ। ਹਾਏ ਵੀ ਐਸ ਲੋਟ ਔਖੀ ਆ ਸੰਨੀ, ਤੂੰ ਕਿਵੇਂ ਕਰਾ ਲੈਂਦਾ? ਮੈਨੂੰ ਐਸਲੋਟ ਕਰਨੀ ਆਉਂਦੀ ਹੈ ਦੇਖ, ਮੈਂ ਐਸਲੋਟ ਮਿਸ ਨਹੀਂ ਕਰਦਾ ਇੱਕ ਵੀ। ਆਣਾ ਥੋੜ੍ਹਾ ਜਿਹਾ ਹੋਰ ਵੱਡਾ ਦੇਣਾ ਚਾਹੀਦਾ ਸੀ ਇਹਨਾਂ ਨੂੰ। ਹਾ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 ਹ
ਚਾਲੀ ਨੀ ਮਰਾਉਣੀ ਆਈ ਬੁੱਝੜ ਆ ਚੱਕ ਲੈ ਆਯੋ ਕਿਉਂ ਬਾਈ ਘੋੜੀਆਂ ਦੀਆਂ ਯਾਰ ਬਦਲਾਵ ਪੱਪੀਆਂ ਕਰਾ ਕਰਾਈ ਜਾਂਦੇ ਲੈਂਦੇ ਆਪਾਂ ਚੱਲ ਆਯੋ ਜਿਵੇਂ ਤੂੰ ਮਰਾਈ ਹੈ ਛਾਲ ਉਹ ਵੀ ਮੈਂ ਮਰਾਤੀ ਆ ਚੱਕ ਜਿਹੜਾ ਮਿਸ ਕਰੂ ਉਹਦੇ ਸਬਸਕ੍ਰਾਈਬਰ ਮਾਈਨਸ ਹੋਣਗੇ ਇੱਕ ਹੋ ਗਿਆ ਤੇਰਾ ਨਾ ਬਈ ਫਿਰ ਤਾਂ ਮੈਂ ਉਤਰ ਹੀ ਜਾਂਦਾ। ਕਿਉਂ ਪਤਾ ਮਿਸ ਕਰਾਏਂਗੇ ਹੀ ਛਾਲ ਆ ਚੱਕ ਆ ਚੱਕ ਦੇਖ ਆ ਹੁੰਦੀ ਆ ਟ੍ਰੇਨਿੰਗ ਬਾਈ ਤੂੰ ਐਂ ਕਰ ਦਰਖਤ ਲਾਇਆ ਦਰਖਤ ਕਹਿੰਦਾ ਹੀ ਮੈਂ ਦਰਖਤ ਲਾਉਣੇ ਆ ਘੋੜਿਆਂ ਦੇ ਆਸੇ ਪਾਸੇ ਲਾ ਦੇ ਦਰਖਤ ਘੋੜਿਆਂ ਦੇ ਆਸੇ ਪਾਸੇ ਹੈ ਨਹੀਂ ਬਾਈ ਬਾਕੀ ਤਾਂ ਆਪਾਂ ਹਜੇ ਥੋੜ੍ਹਾ ਥੋੜ੍ਹਾ ਹੌਲੀ ਹੌਲੀ ਢਾਹ ਢਾਹ ਕੇ ਬਣਾਵਾਂਗੇ ਘੋੜਿਆਂ ਵਾਲੇ ਪਾਸੇ ਲਾ ਦੇ ਬਸ ਫਰੰਟ ਦੀ ਉਹ ਵਾਲੀ ਅਤੇ ਜਿੱਥੇ ਤੇਰਾ ਫਰੰਟ ਗੇਟ ਸੀ ਘੋੜਿਆਂ ਦੇ ਉਹਦੇ ਸਾਰੇ ਲਾ ਦੇ ਮਤਲਬ ਮੋਰਲੀ ਆਹ ਕੀ ਕਹਿੰਦੇ ਹੁੰਦੇ ਆ ਪਿਛਲੇ ਪਾਸੋਂ ਨੰਗਾ ਜਿਹਾ ਯਾਰ ਦੀਂਦਾ ਪਿਆ ਉੱਧਰਲੇ ਪਾਸੇ ਕਰਦੇ ਸਾਰੀ ਤੇ ਫੈਂਸ ਤੇ ਫੈਂਸ ਦੇ ਆਸੇ ਪਾਸੇ ਬਾਕੀ ਪੌਦਿਆਂ ਦੇ ਮਾਮਲੇ ਤਾਂ ਸੰਨੀ ਬਾਈ ਮੇਰੇ ਤੋਂ ਜ਼ਿਆਦਾ ਉਹ ਆ ਐਕਸਪਰਟ ਹਾਂ ਚੱਕ ਬਾਈ ਆਪਣਾ ਰੋਕੀ ਸੱਚ ਹੋਏ ਮੈਂ ਕਹਿੰਦਾ ਰੋਕੀ ਨੂੰ ਵੀ ਯਾਰ ਘੋੜਿਆਂ ਵਾਲੇ ਪਾਸੇ ਇਹਦਾ ਘਰ ਬਣਾ ਦਈਏ ਰੋਕੀ ਦਾ ਨਾ ਸਹੀ ਗੱਲ ਆ ਕਿਉਂਕਿ ਆਹ ਤਾਂ ਵਿਚਾਲੋਂ ਤਾਂ ਮੁੰਡੇ ਜਿਹੜੇ ਆਹ ਬੱਕਰੀਆਂ ਬੁੱਕਰੀਆਂ ਵਾਲੇ ਘਰ ਆ ਇੱਥੋਂ ਢਾਹ ਦੇਣੇ ਆ ਬਾਈ ਖੁੱਲ੍ਹੇ ਬਣਾਵਾਂਗੇ ਆਪਾਂ ਐਵੇਂ ਭੀੜਾ ਭੀੜਾ ਕਰ ਛੱਡਿਆ ਸੀ ਚੱਕ ਬਾਈ ਘੋੜੀ ਦੀ ਟ੍ਰੇਨਿੰਗ ਵੀ ਸਮਝ ਲਓ ਮੁੰਡੇ ਦੋ ਡੰਡੇ ਲੈ ਗਏ ਆਪਾਂ ਖਿੱਚ ਕੇ ਇਹਦੇ ਸਟੈਮਿਨਾ ਦੇ ਨਾਲ ਪਰਲੇ ਪਾਸੇ ਖੋਲ੍ਹ ਕੇ ਰੱਖੀਏ ਸਪੀਡ ਕਿੰਨੀ ਆ ਸਟੈਮਿਨਾ ਕਿੰਨਾ ਹੋ ਗਿਆ ਤਾਂ ਨਾ ਆਹੋ ਚੱਕ ਹੁਣੇ ਹੀ ਅਪਗ੍ਰੇਡ ਹੋ ਗਿਆ ਬਾਈ ਹਾਏ ਆਹ ਘੋੜੀ ਵਿੱਚ ਵੱਜਦੀ ਆ ਪਰ ਆ ਕਾਲੀ ਘੋੜੀ ਦਾ ਸਟੈਮਿਨਾ ਵੀ ਬਹੁਤ ਸੀ ਮੁੰਡੇ ਆਹ ਚੱਕ ਛਾਲ ਕਿੱਡੀ ਘੈਂਟ ਵੱਜਦੀ ਹੁਣ ਹੈਂਡਲਿੰਗ ਹੋਈ ਜਾਣਾ ਆਏ ਹਾਏ ਉਹਦੀ ਨਜ਼ਰ ਲੱਗ ਗਈ ਬਾਈ ਇਹ ਆਹ ਚੱਕ ਛਾਲ ਆਹ ਚੱਕ ਛਾਲ ਹਾਏ ਓਏ ਥੱਕ ਗਈ ਬਾਈ ਜਦੋਂ ਗਲਤ ਛਾਲ ਮਰਾ ਦਈਏ ਨਾ ਉਦੋਂ ਹੀ ਚੀਕਾਂ ਮਾਰਨ ਲੱਗ ਜਾਂਦੀ ਹੈ ਬਾਈ ਪੈਰ ਵੱਜਦੇ ਆ ਨਾ ਉਹਦੇ ਫਟਾਫਟ ਇਹ ਆਹ ਚੱਕ ਬਾਈ ਆਹ ਚੱਕ ਫੇਰ ਕਰ ਕੀ ਨਾ ਕੰਮ ਖਰਾਬ ਉਹ ਤਾਂ ਡਾਂਸ ਕਰਦੀ ਪਈ ਏ ਤੂੰ ਕੀ ਘਾਹ ਵੱਢੀ ਜਾਂਦਾ ਨਹੀਂ ਕੀ ਕਰੀ ਜਾਂਦਾ ਫਿਰ ਆ ਘੋੜਿਆਂ ਦੇ ਆਸੇ ਪਾਸੇ ਲਾ ਇੱਥੇ ਨਹੀਂ ਅੰਦਰ ਲਾਲ ਫੈਂਸ ਆ ਜਿਹੜੀ ਘੋੜਿਆਂ ਤੂੰ ਪਹਿਲਾਂ ਮੂੰਹ ਚੱਕ ਕੇ ਦੇਖ ਕੇ ਨਾ ਬੋਲਿਆ ਕਰ ਤੇ ਤੂੰ ਉੱਥੇ ਹੀ ਰੇਸਾਂ ਜੀਆਂ ਦੇਈ ਜਾਂਦਾ ਮੈਨੂੰ ਕੀ ਹੋਣਾ ਹੁਣ ਰੇਸਾਂ ਕਿੱਥੇ ਦਿੱਤੀ ਐ ਮੈਂ ਖੜਾ ਆ ਉੱਥੇ ਮੈਂ ਤੈਨੂੰ ਦਿਖਾ ਦੂੰ ਬਾਈ ਮੇਰੀ ਰਿਕਾਰਡਿੰਗ 'ਚ ਦਿਖਾ ਦੇ ਮੁੰਡੇ ਤੁਸੀਂ ਦੱਸਿਓ ਰੇਸਾਂ ਦਈ ਜਾਂਦਾ ਸੀ ਕਿ ਨਹੀਂ ਦਈ ਜਾਂਦਾ ਸੀ ਬਾਈ ਜੇ ਦਈ ਜਾਂਦਾ ਸੀ ਤਾਂ ਸਿੱਧਾ ਐਂ ਹੀ ਲਿਖਿਓ ਬਾਈ ਸੰਨੀ ਦਈ ਜਾਂਦਾ ਸੀ ਐ ਨਹੀਂ ਲਿਖਣਾ ਰੇਸਾਂ ਦਈ ਜਾਂਦਾ ਸੀ ਨਾ ਪੂਰਾ ਲਿਖਿਓ ਬਾਈ ਨਾ ਨਾ ਐਂ ਲਿਖਿਓ ਬਾਈ ਵੀ ਸੰਨੀ ਦਈ ਜਾਂਦਾ ਸੀ ਡੋਲੂ ਜਾਉਂ ਬੋਲਦਾ ਰਹਿੰਦਾ ਫਾਲਤੂ ਉਹ ਚੱਲ ਬੱਠਲ ਹਾਏ ਓਏ ਤੂੰ ਡੋਲੂ ਆ ਡੋਲੂ ਮੈਂ ਬੱਠਲ ਕੋਈ ਨਹੀਂ ਤੂੰ ਬੱਠਲ ਤੂੰ ਡੋਂਗਾ ਮੈਂ ਡੋਲੂ ਆ ਦਾ ਫੰਬੇ ਵਾਲਾ ਡੋਲੂ ਆ ਤੂੰ ਫੰਬੇ ਵਾਲਾ ਤੂੰ ਬੱਠਲ ਆ ਬਾਈ ਡੋਂਗਾ ਆ ਤੂੰ ਸਰੋਂ ਦੇ ਤੇਲ ਆ ਜਿਹੜਾ ਸ਼ਨੀਵਾਰ ਵਾਲਾ ਲੈ ਕੇ ਆਉਂਦਾ ਹਾਂ ਉਹਦਾ ਡੋਲ ਹੀ ਹੁੰਦਾ ਫਿਰ ਹਾਏ ਉਹ ਵਿਚਾਲੇ ਖੜ ਗਈ ਆ ਘੋੜੀ ਕਹਿੰਦੀ ਮੈਂ ਤਾਂ ਨਹੀਂ ਟ੍ਰੇਨਿੰਗ ਹੋਣ ਦਿੰਦੀ ਕਰ ਲਾ ਕੀ ਕਰਦਾ ਮੇਰੇ ਉੱਤੇ ਤਾਂ ਚੜ੍ਹਦਾ ਨਹੀਂ ਆਈ ਮੀਨ ਮੇਰੇ ਉੱਤੇ ਤਾਂ ਹਾਏ ਓਏ ਔਖਾ
ਹਾਏ ਓਏ ਬਾਈ, ਪਿੱਛੋਂ ਛੜ ਮਾਰਦੀ ਸੀ ਬਾਈ। ਮੁੜ ਬੈਕ ਨੂੰ, ਚੱਲ ਚੱਲ ਬੈਕ ਨੂੰ, ਚੱਲ ਚੱਲ। ਲੈ ਬਈ ਮੁੰਡਿਓ, ਸੰਨੀ ਇਧਰਲੇ ਪਾਸੇ ਲਾਉਂਦਾ ਪਿਆ ਦਰਖਤ ਬਾਈ, ਦੇਖੋ ਕੀ। ਹਾਏ ਓ ਬਾਈ, ਬਾਹਲੇ ਘੈਂਟ ਲਾਏ ਇਹਨੇ ਤਾਂ ਬਾਈ, ਬਾਹਲੀ ਬਾਹਲੀ ਘੈਂਟ ਵਿੱਥ ਤੇ। ਸੰਨੀ ਦੋ ਕੰਦਰ ਵੀ ਲਾਈ ਯਾਰ, ਜਿਵੇਂ ਇੱਕ ਘੋੜਿਆਂ ਵਾਲੇ ਤਬੇਲੇ ਦੇ ਲੈਫਟ ਸਾਈਡ, ਇੱਕ ਰਾਈਟ ਸਾਈਡ ਅੰਦਰ। ਹਾਂ ਲੱਗਦਾ ਨੀ ਅੰਦਰ, ਲੱਗਦਾ ਲੱਗੂਗਾ ਅੰਦਰ। ਅੰਦਰ ਨਹੀਂ, ਬਾਹਰਲੇ ਪਾਸੇ ਹੀ, ਲੈਫਟ ਸਾਈਡ ਮਤਲਬ ਫੈਂਸ ਦੇ ਅੰਦਰਲੇ ਪਾਸੇ। ਅੱਛਾ ਉਧਰ। ਹਾਂ ਜਜ਼ਬਾਤ ਨਹੀਂ ਸਮਝਦਾ ਮੁੰਡੇ, ਦੇਖ ਲਓ। ਹਾਏ ਓਏ ਬੱਕਰੀਆਂ ਵੀ ਮੈਂ ਕਰ ਰਹੀ ਹਾਂ ਬਾਈ। ਅਤੇ ਹਾਂ ਸੱਚ, ਇੱਕ ਹੋਰ ਚੀਜ਼ ਮੁੰਡਿਓ ਨਵੀਂ, ਆਹ ਦੇਖੋ, ਆਹ ਜਿਹੜਾ ਆਪਣਾ ਪ੍ਰੋਡਕਸ਼ਨ ਹਾਊਸ ਸੀ, ਇਹਦੇ 'ਚ ਸਿੱਧਾ ਗੱਡੀ ਅੰਦਰ ਵੜਦੀ ਕਰਤੀ ਬਾਈ। ਇੱਥੋਂ ਹੀ ਸਾਰੀਆਂ ਚੀਜ਼ਾਂ ਬਣਾ ਕੇ ਵਿੱਚ ਲੋਡ ਕਰਕੇ ਇੱਥੋਂ ਹੀ ਲੈ ਜਾ ਕਰਨਾ ਬਾਹਰ ਨੂੰ ਬਾਈ, ਬਿਨਾਂ ਦਰਵਾਜ਼ੇ ਤੋਂ ਆ ਹੁਣ, ਕਿਉਂਕਿ ਆਪਣਾ ਦਰਵਾਜ਼ਾ ਮੇਨ ਉਹੀ ਹੋ ਗਿਆ। ਅਤੇ ਉਹ ਵਾਲਾ ਜਿਹੜਾ ਦਰਵਾਜ਼ਾ ਮੁੰਡੇ, ਆਹ ਸ਼ਾਇਦ ਆਪਾਂ ਹੋ ਸਕਦਾ ਢਾਹ ਦਈਏ, ਕਿਉਂਕਿ ਜਦੋਂ ਮੇਨ ਬਾਹਰ ਹੀ ਦਰਵਾਜ਼ਾ ਹੋ ਗਿਆ, ਅੰਦਰ ਤਾਂ ਦਰਵਾਜ਼ੇ ਦੀ ਕੋਈ ਤੁੱਕ ਹੀ ਨਹੀਂ ਬਣਦੀ, ਹੈ ਨਾ ਬਾਈ। ਹੁਣ ਤਾਂ ਘੋੜੇ ਦੀਆਂ ਰੇਸਾਂ ਕਰਾਇਆ ਕਰਾਂਗੇ ਬਾਈ ਮੁੰਡੇ, ਉਹ ਜਦੋਂ ਇੱਕ ਵਾਰੀ ਟ੍ਰੇਨਿੰਗ ਹੋ ਗਈ ਨਾ ਘੋੜਿਆਂ ਦੀ, ਆਹ ਦੇਖ ਭੱਜਦਾ ਕਿਵੇਂ ਆ। ਗਾਵਾਂ ਸੈੱਟ ਆ ਆਪਣੀਆਂ, ਗਾਵਾਂ ਹੀ ਸੈੱਟ ਆ। ਹਾਂਜੀ ਬਾਈ, ਬਾਹਰਲੇ ਪਾਸੇ ਨਾ ਟ੍ਰੇਨਿੰਗ ਕਰਦੇ ਆ ਜਦੋਂ ਸੰਨੀ, ਉਦੋਂ ਜਿਹੜਾ ਪਰਸੈਂਟੇਜ ਵਾਲਾ ਬਾਰ ਜਿਹਾ, ਇਹਦਾ ਘੱਟ ਵੱਧਦਾ। ਜੇ ਤੂੰ ਇਸੇ ਘੋੜੇ ਨੂੰ ਹਾਂ ਦੂਰ ਤੱਕ ਲੈ ਜਾਏ, ਹਾਂ ਹਾਰਡਵੇਅਰ ਸਟੋਰ ਤੱਕ, ਫਿਰ ਦੇ ਹਾਰਡਵੇਅਰ ਸਟੋਰ ਤੱਕ ਲੈ ਬਈ, ਚੱਲਦੇ ਆ ਹਾਰਡਵੇਅਰ ਸਟੋਰ ਤੱਕ ਬਾਈ। ਪਰ ਇਹਨੇ ਰਾਸਤੇ 'ਚ ਚਾਰ ਵਾਰੀ ਤੱਕਣਾ ਮੈਨੂੰ ਲੱਗਦਾ, ਕਿਉਂਕਿ ਇਹਦਾ ਮੁੰਡੇ ਹਜੇ ਸਟੈਮਿਨਾ ਨਹੀਂ ਹੈਗਾ ਘੋੜੇ ਦਾ। ਬਾਕੀ ਦੇਖਦੇ ਹਾਂ ਭੱਜਦਾ ਕਿ ਨਹੀਂ ਭੱਜਦਾ, ਇਹ ਤਾਂ ਘੋੜੀ ਆ ਸੱਚ, ਮੈਂ ਘੋੜਾ ਘੋੜਾ ਕਰੀ ਜਾਂਦਾ। ਦੂਜੇ ਘੋੜੇ ਦੀ ਆਪਣਾ ਸਟੈਮਿਨਾ ਫੁੱਲ ਆ ਬਾਈ, ਦੇਖਦੇ ਆ ਬਿਨਾਂ ਥੱਕੇ ਕਿੱਥੋਂ ਕੁ ਤੱਕ ਜਾਂਦਾ ਇਹ। ਲੈ ਬਾਈ ਇੱਕ ਵਾਰੀ ਤਾਂ ਸਾਹ ਜਿਹਾ ਲੈ ਲਿਆ ਨਹੀਂ, ਬਾਈ ਸੰਨੀ ਬਾਈ ਬਿਨਾਂ ਥੱਕੇ ਹਾਰਡਵੇਅਰ ਸਟੋਰ 'ਤੇ ਆ ਗਿਆ। ਹਾਏ ਓਏ ਉਹਦੀ ਥੱਕ ਗਿਆ ਬਾਈ, ਹਾਰਡਵੇਅਰ ਸਟੋਰ 'ਤੇ ਆ ਗਿਆ ਬਾਈ, ਇੱਥੋਂ ਵਾਪਸ ਲੈ ਕੇ ਚੱਲਦੇ ਹਾਂ। ਆਹ ਝੱਗ ਛਾਲ ਹਾਏ ਬਈ ਬਾਈ, ਥੱਕ ਗਿਆ ਘੋੜਾ ਹੁਣ, ਹੁਣ ਥੱਕਿਆ ਸਹੀ, ਪਿਆਸ ਵੀ ਲੱਗ ਗਈ ਬਈ। ਚੱਲ ਚੱਲ ਚੱਲ, ਨਹੀਂ ਥੱਕਣਾ ਮੇਰਾ ਪੁੱਤ। ਲੈ ਬਈ ਹੁਣ ਜਲਦੀ ਥੱਕਣ ਲੱਗ ਗਿਆ, ਇਹਨੂੰ 2 ਮਿੰਟ ਸਾਹ ਧੋਣਾ ਪੈਣਾ ਮੁੰਡਿਓ। ਬਾਈ ਸਾਹ ਦੇਖੋ ਕਿਵੇਂ ਲੈਂਦਾ ਬਾਈ, ਔਖੇ ਔਖੇ ਆਹ ਦੇਖੋ, ਸਾਹ ਚੜਿਆ ਬਾਈ, ਸਾਹ ਤਾਂ ਫਿਰ ਐਂ ਲਊਗਾ ਹੀ ਲਊਗਾ। ਛਿਅੱਕ ਆਉਂਦਾ ਜਿਉਣਾ ਮੋੜ ਬਾਈ, ਜਿਉਣਾ ਮੋੜ, ਕੋੜੀ ਤੇ ਫਰਾਰ ਹੋ ਗਿਆ। ਆ ਗਿਆ ਆ ਗਿਆ,
ਆਪ ਤੈਨੂੰ ਵੀ ਰੰਗ ਕਰਨਾ ਬਾਈ, ਆਪਾਂ ਸਟਾਰਟਿੰਗ ਵਾਲੇ ਨੂੰ ਇਹਨੂੰ ਵੀ ਰੰਗ ਕਰਾਂਗੇ ਕਿਸੇ ਦਿਨ। ਆਈ ਵੀ ਆ ਗਿਆ, ਅਤੇ ਪਰਲੇ ਪਾਸੇ ਆਪਣੇ ਦਰਖਤ ਵੀ ਵੱਡੇ ਹੋ ਗਏ ਆ, ਇੱਥੇ ਰੱਖ ਇਹਨੂੰ ਕਹਿੰਦੇ ਏਡੇ ਏਡੇ ਰਹਿਣ ਨਾ ਯਾਰ, ਪਰ ਇਹਨਾਂ ਨੇ ਹੋਰ ਵੱਧ ਜਾਣਾ ਮੁੰਡੇ ਦਰਖਤਾਂ ਨੇ, ਪਿਛਲੇ ਪਾਸੇ ਨਹੀਂ ਲਾਇਆ। ਚੱਲ ਕੋਈ ਨਹੀਂ, ਪਿਛਲੇ ਪਾਸੇ ਤਾਂ ਲੋੜ ਵੀ ਨਹੀਂ ਦਰਖਤਾਂ ਦੀ। ਚੱਲ 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 ਲੈ ਵੀ, ਹੁਣ ਇਹਨੂੰ ਲੈ ਕੇ ਚੱਲੀਏ ਘੋੜੇ ਨੂੰ ਅੰਦਰ। ਆ ਜਾ ਇੱਧਰ ਹੀ, ਉੱਧਰ ਦੇਖ ਗੇਟ ਖੁੱਲਿਆ ਕਿ ਬਾਹਰ ਭੱਜਣ ਨੂੰ ਫਿਰਦੀ ਆ। ਗੇਟ ਨਾ ਖੋਲੀ ਸੰਨੀ, ਜਿਹੜਾ ਆਹ ਫੈਂਸ ਦਾ ਵਾਲਾ, ਫੈਂਸ ਵਾਲਾ ਘੋੜੀ ਬਾਹਰ ਭੱਜਣ ਨੂੰ ਫਿਰਦੀ ਆ। ਦੱਸ ਟ੍ਰੇਨਿੰਗ ਤਾਂ ਅੱਜ ਫੁੱਲ ਕਰਕੇ ਰਹਾਂਗੇ ਮੁੰਡੇ, ਇਹਦੀ ਹੈਂਡਲਿੰਗ ਹੁੰਡਲਿੰਗ ਜੀ ਇੰਪਰੂਵ ਕਰਕੇ ਨਾ। ਹਾਏ ਓਏ ਸੰਨੀ, ਛਾਲ ਮਰਾਉਣ ਨੂੰ ਫਿਰਦਾ ਸੀ ਬਾਈ, ਵੱਜ ਗਈ ਸੰਨੀ ਛਾਲ ਬਾਈ। ਪਿੱਛੋਂ ਭਜਾ ਕੇ ਲੱਗਿਆ ਮੈਂ, ਘੋੜੇ ਤੇ ਚੱਲਿਆ ਗਿਆ ਦੁਕਾਨ ਤੇ, ਜਾ ਆ ਬੂਟੇ ਲੈਣ ਚੱਲਿਆ। ਨਾ ਨਾ ਦੇਖਣ ਚੱਲਿਆ ਕੋਈ ਬਾਈ, ਰੇੜਾ ਹੁੰਦਾ ਨਾ ਘੋੜੇ ਵਾਲਾ, ਰੇੜਾ ਜਿਹਾ ਹੁੰਦਾ ਜਿਹੜਾ ਇੱਕ ਪਿੱਛੇ ਹੈ ਨਾ, ਘੋੜੇ ਦੇ ਪਿੱਛੇ ਪਾ ਕੇ ਨਿਆਰੇ ਨਾਲ ਲੈ ਕੇ ਆਉਣਾ ਜਿਹੜਾ ਖੱਚਰ ਰੇੜਾ ਜਿਹਾ ਹੁੰਦਾ। ਹਾਏ ਉਹ ਘੋੜੀ ਥੱਕ ਗਈ ਬਾਈ, ਐਂ ਕਰ ਗਈ ਹਾਏ। ਸੰਨੀ ਵਰਗੀ ਆਵਾਜ਼ ਆ ਘੋੜੇ ਦੀ ਬਾਈ, ਸੰਨੀ ਰਾਤ ਨੂੰ ਸੁੱਤਾ ਪਿਆ ਬਾਈ, ਘਰਾੜੇ ਆਈ ਮਾਰਦਾ। ਕਿਉਂ ਇਹ ਆ ਚੱਕ ਹਾਏ ਬਈ, ਲੈ ਬਈ ਹੁਣ ਇੱਕ ਵਾਰੀ ਗਾਵਾਂ ਵਾਲੇ ਪਾਸੇ ਗੇੜਾ ਮਾਰ ਕੇ ਆਈਏ ਬਾਈ। ਮੈਂ ਅੱਕ ਗਿਆ ਬਾਈ ਘੋੜੇ ਤੋਂ। ਹਾਏ ਉਹ ਦਰਖਤ ਦੇਖੋ ਮੁੰਡਿਓ, ਸੰਨੀ ਦੇ ਲਾਏ ਬਾਈ ਕਿੱਡੇ ਕਿੱਡੇ ਹੋ ਗਏ ਬਾਈ, ਕਿੰਨੇ ਆਹ ਕਿੱਥੇ ਲਾਤਾ ਵਿਚਾਲੇ ਸੰਨੀ, ਆਹ ਕੀ ਹੈ ਬਾਈ? ਇੱਥੇ ਲੱਗਾ ਰਹਿੰਦੇ, ਇਹ ਤਾਂ ਭੋਰੀ ਅਟਕਾ ਕੇ ਮੈਨੂੰ ਤਾਂ ਲੱਗਦਾ, ਪਰ ਬਾਕੀ ਮੁੰਡੇ ਸੋਹਣਾ ਲੱਗਦਾ ਪਿਆ ਬਾਈ। ਆ ਵੀ ਆਪਾਂ ਹੌਲੀ ਹੌਲੀ ਪੂਰੀ ਕਰਾਂਗੇ, ਅਤੇ ਮੁਰਗੀਆਂ ਵੀ ਆਪਣੀਆਂ ਬਾਈ ਚਿਕਨ ਚੁਕਣ ਬਣਾ ਕੇ ਰੱਖਤਾ ਸੀਗਾ ਇੱਧਰਲੇ ਪਾਸੇ, ਰੋਸਟਰ ਰੋਸਟਰ ਚਿਕਨ ਮਤਲਬ ਚਿਕਨ ਖਵਾ ਦੇ ਮਾਇਆ। ਹਾਏ ਹੋਈ ਆਪਣਾ ਰੋਕੀ ਹੈ ਕਿੱਥੇ? ਭੁੱਖ ਬਹੁਤ ਲੱਗੀ ਮੈਨੂੰ ਸੋਹਣਿਆ। ਸੰਨੀ ਰੋਕੀ ਗਿਆ ਕਿੱਥੇ ਬਾਈ ਯਾਰ, ਰੋਕੀ ਲੱਭ ਹੀ ਨਹੀਂ ਰਿਹਾ, ਪਤਾ ਨਹੀਂ ਯਾਰ ਭੱਜ ਭੁੱਜ ਤਾਂ ਨਹੀਂ ਗਿਆ। ਸ਼ਹੀਦੀ ਤਾਂ ਨਹੀਂ ਪਾ ਗਿਆ? ਉਹ ਮਿਲੇ ਤਾਂ ਸਹੀ, ਫੇਰ ਹੀ ਪਤਾ ਲੱਗੂ ਸ਼ਹੀਦੀ ਪਾਇਆ ਕਿ ਨਹੀਂ। ਮਿਲਦਾ ਹੀ ਬਣਾਵੋ ਐਡਾ, ਤੂੰ ਖੋਲ ਰੱਖਿਆ ਪਤਾ ਨਹੀਂ ਹੁਣ ਸੜਕਾਂ ਛੁੜਕਾਂ ਦੇ ਰੁਲਦਾ ਪਿਆ। ਹਾਏ ਮੁੰਡੇ ਰੋਕੀ ਭੱਜ ਗਿਆ ਬਾਈ ਆਪਣਾ, ਉਹ ਤਾਂ ਬੜਾ ਖੁੱਲਾ ਖੁੱਲਾ ਕੇ ਰੱਖਿਆ ਸੀ, ਇਹਦੇ ਉੱਤੋਂ ਪੌੜੀਆਂ ਲਾਈਆਂ ਸੀ, ਉੱਤੋਂ ਟੱਪ ਟੱਪ ਗਿਆ ਅਗਲਾ। ਹਾਏ ਓਏ ਮੁੰਡੇ ਇੱਧਰ ਦੇਖੋ ਬਾਈ, ਦਰਖਤ ਕਿੱਡੇ ਕਿੱਡੇ ਹੋ ਗਏ, ਅਤੇ ਫੇਰ ਆ ਕੇ ਚੈੱਕ ਕਰੀਏ ਮਾੜਾ ਜਿਹਾ ਆਪਣੀਆਂ ਗਾਵਾਂ ਦਾ ਹਾਲ। ਹਾਏ ਓਏ ਸੰਨੀਆ ਹੋ ਗਈ ਬਾਈ ਪ੍ਰੈਗਨੈਂਟ ਬਾਈ, ਤੱਤੇ ਗਾਲੀ ਆ ਆਪਣੇ ਢੱਠੇ ਦਾ ਬਾਈ, ਚੱਕ ਦੁੱਧ ਵੀ ਦੇਤਾ, ਦੁੱਧ ਵੀ ਦੇਤਾ
ਲੈ ਬਈ ਮੁੰਡੇ ਧਾਰਾਂ ਝੋਲੀਏ ਹੁਣ ਲੱਗਦੇ ਹੱਥ ਨਾ ਹਾਏ ਟੱਠਾ ਚੋਲ ਲੈਣ ਅੱਛਾ ਆ ਗਾਈ ਆ ਇਹਦੇ ਢੋਲੀ ਡੋਲੀ ਪਾਉਣ ਵਾਲੀ ਆ ਢੋਲੀ ਇੱਕ 'ਚ ਦੋ ਦੋ ਗਾਵਾਂ ਆ ਜਾਂਦੀਆਂ ਬਈ ਮੁੰਡਿਓ ਨਜ਼ਾਰੇ ਨਾਲ ਚੱਕ ਜਦੋਂ ਜਵਾਕ ਹੋਏ ਉਹਦੀ ਅਲੱਗ ਕਰ ਦੇਣੇ ਆ ਲਾਉਣੀ ਔਖੀ ਆ ਥੋੜ੍ਹੀ ਜਿਹੀ ਲਾਉਣ ਕੇ ਉੱਧਰੋਂ ਹੀ ਆਉਣੀ ਪਿਆ ਕਰਨੀ ਚੱਕ ਬਾਈ ਦੁੱਧ ਹੋ ਗਿਆ ਆਪਣੀਆਂ ਨਵੀਆਂ ਗਾਵਾਂ ਦਾ ਪਹਿਲਾ ਦੁੱਧ ਅਤੇ ਅੰਦਰਲੇ ਪਾਸੇ ਹੁਣ ਨਾ ਲਾਈਟ ਬਾਹਰਲੇ ਪਾਸੇ ਦੀ ਬਜਾਏ ਅੰਦਰਲੇ ਪਾਸੇ ਲਾਉਣੀ ਪੈਣੀ ਆ ਪ੍ਰੋਡਕਸ਼ਨ ਹਾਊਸ ਦੀ ਅਤੇ ਪਨੀਰ ਦੇਖੀਆ ਆਪਣੇ ਪ੍ਰੋਡਕਸ਼ਨ ਹਾਊਸ ਕੀ ਹੋਇਆ ਮਰਿਆ ਪਿਆ ਕਿੱਥੇ ਪੁਰਾ ਕਿੱਧਰਲੇ ਪਾਸੇ ਚਿਕਨ ਵਾਲੇ ਪਿੱਛੇ ਆਈ ਚਿਕਨ ਵਾਲਾ ਜਿਹੜਾ ਉਹਦੇ ਪਿੱਛੇ ਆ ਹਾਏ ਓਏ ਤੈਨੂੰ ਆ ਹਾਂ ਦਿਸ ਗਿਆ ਨਾ ਮੈਂ ਆ ਜਾ ਬਾਈ ਆ ਪਿਆ ਵਿਚਾਰਾ ਬਾਈ ਮੁੰਡੇ ਆ ਤਾਂ ਬਹੁਤ ਮਾੜਾ ਹੋਇਆ ਯਾਰ ਸਾਨੂੰ ਲੱਭ ਹੀ ਨਹੀਂ ਰਿਹਾ ਸੀ ਬਾਈ ਇਹ ਇੰਨੇ ਦਿਨਾਂ ਦਾ ਤੇਰੀ ਲਾਪਰਵਾਹੀ ਹੈ ਜਿਹੜਾ ਇੰਨਾ ਤੋੜਾ ਤਾੜਿਆ ਤੂੰ ਬਾਅਦ ਚ ਉਹਨੂੰ ਖੁੱਲਾ ਛੱਡਤਾ ਖਾਵੇ ਕਿੱਥੋਂ ਮੁੜ ਕੇ ਤੂੰ ਦਰਵਾਜ਼ਾ ਬੰਦ ਕਰਤਾ ਊ ਬਾਈ ਮੈਂ ਕੀ ਕਰਾਂ ਯਾਰ ਬਾਈ ਯਾਰ ਮੁੰਡੇ ਰੋਕੀ ਮਰ ਗਿਆ ਯਾਰ ਆਪਣਾ ਹੁਣ ਇਹਨੂੰ ਦੱਬੀਏ ਕਿੱਥੇ ਘਰ ਕੋਲੇ ਦੱਬਣਾ ਪਊ ਕਿਤੇ ਆਪਣੇ ਨੇੜੇ ਇੱਥੇ ਦੱਬ ਦਿੰਦੇ ਆ ਖੁੱਲਾ ਕੱਚਾ ਜਿਹਾ ਥਾਂ ਇੱਥੇ ਭੇੜੀਆ ਭੂੜੀਆ ਨਾ ਜੇ ਚੱਲ ਫਿਰ ਖੋਦ ਆ ਜਾ ਲੈ ਵੀ ਮੁੰਡੇ ਇੱਥੇ ਇੱਥੇ ਹੁੰਦਾ ਦੱਬ ਹੀ ਨਹੀਂ ਰਿਹਾ ਇੱਥੇ ਹੀ ਦੱਬਿਆ ਜਾਊ ਘਾਹ 'ਚ ਹੀ ਲੈ ਵੀ ਮੁੰਡੇ ਉਹ ਕੱਢਦੇ ਹਾਂ ਹੁਣ ਇਹਨੂੰ ਖੋਦ ਲਈਏ ਬਾਈ ਮੈਂ ਕਹਿੰਦਾ ਪੇੜ ਪਿਆ ਹੋਊ ਇੱਥੇ ਲਾ ਦਾਂਗੇ ਮੁੜ ਕੇ ਹਾਂ ਮੁੜ ਕੇ ਪੇੜ ਲਾ ਦਾਂਗੇ ਇਹਦੇ 'ਤੇ ਬਾਈ ਖੋਦ ਖੋਦ ਕੇ ਬਾਈ ਦੱਬ ਕੇ ਫੇਰ ਹੀ ਮਿਲਦੇ ਆ ਤੁਹਾਨੂੰ ਮੁੰਡਿਓ ਲੈ ਬਈ ਮੁੰਡਿਓ ਦੱਬ ਤਾਂ ਆਪਾਂ ਆਪਣਾ ਰੋਕੀ ਉੱਤੇ ਦੋ ਦਰਖਤ ਲਾ ਤੇ ਸਾਨੂੰ ਪਤਾ ਲੱਗਦਾ ਰਹੂਗਾ ਵੀ ਇੱਥੇ ਰੋਕੀ ਦੀ ਕਬਰ ਸੀ ਬਾਈ ਅਤੇ ਚੱਲ ਕੋਈ ਇੱਥੇ ਨਹੀਂ ਬਾਈ ਬਣਾਉਣਾ ਵੀ ਕੁਛ ਨਹੀਂ ਬਾਈ ਭਗਵਾਨ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਅਗਲੀ ਜੂਨ 'ਚ ਪੈ ਗਿਆ ਬਾਈ ਪਰ ਗਲਤੀ ਆ ਬਾਈ ਹੁਣ ਆਪਾਂ ਜਿਹੜਾ ਵੀ ਕੁੱਤਾ ਲੈ ਕੇ ਆਵਾਂਗੇ ਨਾ ਉਹਦੀ ਪੂਰੀ ਦੇਖਭਾਲ ਰੱਖਾਂਗੇ ਪਰ ਬਈ ਇਹ ਵੱਧ ਭੱਜ ਵੀ ਜਾਂਦਾ ਸੀ ਬਾਈ ਕੀ ਕਰੀਏ ਹੁਣ ਇਹਦੀ ਯਾਦ ਦੇ ਵਿੱਚ ਆਪਾਂ ਨੂੰ ਫਾਇਰ ਚਲਾਉਣੇ ਪੈਣੇ ਆ ਬਾਈ ਹਾਂਜੀ ਚੱਕ ਬਹੁਤ ਦੁੱਖ ਹੋਇਆ ਬਾਈ ਇਹ ਤਾਂ ਦੁਖੀ ਵਾਲੀ ਗੱਲ ਆ ਬਾਈ ਵਾਕਈ ਆ ਜਾਓ ਫਿਰ ਉੱਧਰ ਨੂੰ ਚੱਲੀਏ ਬਾਈ ਬਾਈ ਹੁਣ ਹੌਲੀ ਹੌਲੀ ਆਪਾਂ ਐਕਸਟੈਂਡ ਕਰ ਦੇਣਾ ਸਾਰਾ ਜਿੰਨਾ ਆਪਣਾ ਆਹ ਸਾਰਾ ਹੀ ਅਤੇ ਐਕਸਟੈਂਡ ਕਰਨ ਤੋਂ ਬਾਅਦ ਆਪਣਾ ਰੋਕੀ ਹਾਏ ਓਏ ਬਾਈ ਰੋਕੀ ਯਾਰ ਫਿਰ ਨਾ ਮੁੰਡੇ ਰੋਕੀ ਆ ਗਿਆ ਦੇਖ ਲਓ ਯਾਰ ਕੁੱਤੇ ਨਾਲ ਪਿਆਰ ਕਿੰਨਾ ਸੀ ਯਾਰ ਚੱਲ ਕੋਈ ਨਹੀਂ ਹੁਣ ਬੁੱਲ ਡੌਗ ਲੈ ਕੇ ਆਵਾਂਗੇ ਬਾਈ ਅਤੇ ਉਹਨੂੰ ਘੋੜਿਆਂ ਨਾਲ ਰੱਖਾਂਗੇ ਤਾਂ ਕਿ ਭੱਜ ਨਾ ਜਾਵੇ ਉੱਧਰੋਂ ਨਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਾਈ ਉਹ ਕੁੱਕੜਾਂ ਨਾਲ ਰੱਖਣ ਵਾਲਾ ਹੈ ਨਹੀਂ ਸੀਗਾ ਹਾਏ ਓਏ ਮੁੰਡੇ ਸੰਨੀ ਤਾਂ ਕੁਛ ਜ਼ਿਆਦਾ ਹੀ ਜਜ਼ਬਾਤੀ ਹੋ ਗਿਆ ਬਾਈ ਕਿਵੇਂ ਲਗਾਤਾਰ ਗੋਲੀਆਂ ਚਲਾ ਰਿਹਾ ਬਾਈ ਸੰਨੀ ਜਜ਼ਬਾਤੀ ਹੋ ਗਿਆ ਬਾਈ ਕੀ ਕਰ ਸਕਦੇ ਮੈਂ ਜਾਣਾ ਯਾਰ ਕਿੱਥੇ ਚੱਲਿਆ ਮਾਂ ਉਹਦੇ ਘਰੇ ਚੱਲਿਆ ਹਾਏ ਓਏ ਮੁੰਡੇ ਸੰਨੀ ਚੱਲਿਆ ਆਪਦੇ ਘਰੇ ਬਾਈ
ਕੀ ਕਰ ਸਕਦੇ ਆ ਯਾਰ ਸੰਨੀ, ਚੱਲ ਕੋਈ ਨਹੀਂ ਸੰਨੀ ਆ ਜਾ ਫਿਰ, ਆਹ ਜਿਹੜੇ ਲਿੰਡੇ ਜੇ ਆ ਇਹਦੇ 'ਚ ਹੀ ਭਰ ਲਈਏ। ਪਰ ਸੰਨੀ ਤਾਂ ਚੱਲਿਆ ਮੁੰਡੇ, ਮੈਨੂੰ ਇਕੱਲੇ ਨਹੀਂ ਭਰਨਾ ਪੈਣਾ। ਸੰਨੀ ਹੋ ਗਿਆ ਬਾਈ ਦੁਖੀ ਬਾਈ, ਇਹ ਪੈਗ ਲਾ ਕੇ ਅੱਜ ਸਊਗਾ ਬਾਈ, ਉਹਦੇ ਤੋਂ ਬਿਨਾਂ ਨਹੀਂ ਸੌਂਦਾ। ਪਹਿਲਾਂ ਤਾਂ ਇੱਕ ਆਪਾਂ ਇਹਦੇ 'ਤੇ ਸ਼ੱਕ ਕਰ ਰੱਖਿਆ, ਇਹਨੂੰ ਉਹਦਾ ਦੁੱਖ ਆ ਬਾਈ। ਫਿਰ ਆਪਾਂ ਸਮਝ ਲਓ ਕੁੱਤਾ ਮਰ ਗਿਆ ਹੈ ਨਾ, ਉਹਦਾ ਦੁੱਖ ਆ। ਕੀ ਕਰ ਸਕਦੇ ਹਾਂ ਯਾਰ, ਹੁਣ ਆਪਣਾ ਤਾਂ ਧਿਆਨ ਹੀ ਨਹੀਂ ਰਿਹਾ ਬਾਈ। ਚੱਲ ਕੋਈ ਨਹੀਂ ਮੁੰਡੇ, ਹੁਣ ਆਪਣਾ ਵਧੀਆ ਦੂਜਾ ਹੋਰ ਲੈ ਕੇ ਆਵਾਂਗੇ ਬਾਈ। ਰੋਕੀ ਨਹੀਂ ਰੱਖਣਾ ਪਰ ਉਹਦਾ ਨਾਮ ਬਾਈ, ਇਹਦਾ ਇਹਦੀ ਯਾਦ ਆਇਆ ਕਰੂ ਫਿਰ ਆਪਾਂ ਨੂੰ ਬਾਈ। ਅਸੀਂ ਮਗਰ ਲੈ ਕੇ ਆਉਂਦੇ ਹੁੰਦੇ ਸੀ, ਕਿਵੇਂ ਸਾਡੇ ਨਾਲ ਨਾਲ ਖੇਡਦਾ ਪਿਆ ਹੁੰਦਾ ਸੀ ਪਤਾ ਤੁਹਾਨੂੰ? ਉਹ ਆਹ ਸਾਰੇ ਮੀਟ ਦੇ ਭਰੇ ਪਏ ਆ ਉਹ ਵੀ। ਹਾਈ ਓਏ ਪੋਰਕ ਪਿਆ ਸੀ ਮੁੰਡੇ ਉਧਰਲੇ ਪਾਸੇ, ਆਹ ਕਾਹਤੋਂ ਮੈਂ ਇੱਥੇ ਰੱਖੀ ਨਾ ਪੋਰਕ। ਇਹ ਆਹ ਖਾਲੀ ਆ ਪੋਰਕ, ਇਹਦੇ ਸਿੱਟੋ। ਇਹ ਆਹ ਵੀ ਖਾਲੀ ਆ ਪੋਰਕ ਨੂੰ, ਇਹਦੇ ਸਿੱਟੋ। ਸਲਾਮੀ ਆ ਇਹਦੇ 'ਚ ਪਾਉਂਦੇ ਆਪਾਂ, ਚੱਕ ਇੱਕ ਸਲਾਮੀ, ਦੋ ਸਲਾਮੀ, ਤਿੰਨ ਸਲਾਮੀਆਂ, ਚਾਰ ਸਲਾਮੀਆਂ, ਪੰਜ ਸਲਾਮੀਆਂ, ਇਹ 6 ਸਲਾਮੀਆਂ, ਇਹ 7 ਸਲਾਮੀਆਂ। ਜਿਹੜੀਆਂ ਰੈਡੀ ਹੋਈ ਗਈਆਂ ਨਾ ਬਾਈ ਮਾਲ, ਉਹ ਇੱਧਰ ਰੱਖੀ ਜਾਣਾ ਆਪਾਂ ਇਸ ਕੋਨੇ 'ਤੇ। ਮੁੜ ਕੇ ਨਾ ਧਿਆਨ 'ਚ ਰਹਿੰਦਾ ਵੀ ਕਿਹੜਾ ਵੇਚ ਕੇ ਆਉਣਾ ਕਿਹੜਾ ਨਹੀਂ। ਹੁਣ ਇੱਥੇ ਸਾਰਾ ਮਿਕਸ ਹੋਏ ਪਏ ਆ ਡੱਬੇ ਜੀ, ਸੋ ਕਨਫਰਮ ਨਹੀਂ ਹੋ ਰਿਹਾ ਆਪਾਂ ਨੂੰ। ਲੈ ਬਈ ਮੁੰਡੇ ਸੰਨੀ ਤਾਂ ਚਲੇ ਹੀ ਗਿਆ ਬਾਈ, ਵਾਕਈ ਚੱਲ ਇਕੱਲੇ ਰਹਿ ਗਏ ਆਪਾਂ, ਕੋਈ ਚੱਕਰ ਨਹੀਂ ਬਾਬੇ ਨੂੰ ਲੈ ਆਵਾਂਗੇ ਪੈਗ ਸ਼ੈਗ ਲਾ ਕੇ ਬਾਈ। ਬਾਬਾ ਵੀ ਬੜੀਆਂ ਮਸਤੀਆਂ ਮਾਰਦਾ ਬਾਈ। ਬਾਈ ਬਾਹਰ ਹਨੇਰਾ ਦੇਖੋ ਬਾਈ, ਘੋਰ ਹਨੇਰਾ, ਘੋਰ ਹਨੇਰਾ ਬਾਈ। ਯਾਰ ਮੈਂ ਪਨੀਰ ਵੀ ਬਣਾ ਕੇ ਰੱਖਿਆ ਸੀ, ਹੁਣ ਇਹ ਨਹੀਂ ਪਤਾ ਮੁੰਡੇ ਉਹ ਕਿੱਥੇ ਰੱਖਤਾ। ਬਾਕੀ ਦੁੱਧ ਤਾਂ ਹੈ ਨਹੀਂ, ਹੁਣ ਆਪਾਂ ਕਰ ਵੀ ਕੀ ਸਕਦੇ ਹਾਂ। ਕਿਸੇ ਦਿਨ ਨਾ ਆਪਾਂ ਚੈਲੰਜ ਕਰਾਂਗੇ ਮੁੰਡਿਓ, ਵੀ ਉਸ ਵੀਡੀਓ ਦੇ ਵਿੱਚ ਇੰਨੇ ਪੈਸੇ ਚਲਾਇਆ ਕਰਨੇ ਆ ਆਪਾਂ, ਵੀ ਕਮਾਇਆ ਕਮਾਉਣੇ ਆ ਇੱਕ ਵੀਡੀਓ ਦੇ ਵਿੱਚ। ਜੇ ਤੁਹਾਨੂੰ ਵੀ ਇਹ ਆਈਡੀਆ ਵਧੀਆ ਲੱਗਿਆ ਤਾਂ ਦੱਸ ਦਿਓ ਬਾਈ ਕਮੈਂਟਾਂ ਦੇ ਵਿੱਚ। ਅਤੇ ਆ ਜਾਓ ਬਾਈ ਇੱਧਰਲੇ ਪਾਸੇ, ਇਹ ਵੀ ਸਲਾਮੀਆਂ ਆਪਣੀਆਂ ਵਾਹਵਾ ਹੀ ਬਣਾ ਕੇ ਰੱਖਤੀਆਂ ਸੀ ਬਾਈ, ਮੈਨੂੰ ਤਾਂ ਲੱਗਿਆ ਸਲਾਮੀਆਂ ਹੈ ਹੀ ਨਹੀਂ ਸੀ ਇੰਨੀਆਂ। ਚੱਕ ਚੱਕ, ਬੀਫ ਸਲਾਮੀ ਵੀ ਆ ਬਾਈ, ਬੀਫ ਸੌਸੇਜ। ਗਲਤੀ ਨਾਲ ਬਣ ਗਈ ਹੋਣੀ ਬੀਫ ਸੌਸੇਜ ਤਾਂ। ਆਪਾਂ ਵੀ ਆ ਡੱਬਿਆਂ 'ਚ ਲਾ ਕੇ ਪਾ ਕੇ ਵਿੱਚ ਲੈ ਬਈ। ਸੰਨੀ ਆ ਗਿਆ, ਕੀ ਹੋਇਆ ਸੰਨੀ? ਨੀਂਦ ਨਹੀਂ ਆਈ ਮੈਨੂੰ। ਥੱਲੇ ਹੀ ਰੱਖ ਦੇ ਭਰਾਵਾ, ਮੈਂ ਕਾਹਤੋਂ ਥੱਲੇ ਰੱਖ ਕੇ ਕਰੀ ਜਾਂਦਾ। ਲੈ ਵੀ ਮੁੰਡੇ ਸੰਨੀ ਵੀ ਆ ਗਿਆ ਦੁਬਾਰਾ, ਕਹਿੰਦਾ ਮੈਨੂੰ ਨੀਂਦ ਨਹੀਂ ਆਈ। ਮੁਝੇ ਨੀਂਦ ਨਾ ਆਏ, ਮੁਝੇ ਚੈਨ ਨਾ ਆਏ। ਹਾਏ ਹੋਏ ਮੋਏ 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 ਮੋਏ। ਆ ਚੱਕ ਉੱਧਰ ਆਖਾ, 24 ਹੋ ਗਏ ਇਹਦੇ 'ਚ ਫਸਵਾ। ਆ ਚੱਕ
ਹਾਏ ਓਏ ਆ ਖਾਲੀ ਆ, ਆ ਵੀ ਖਾਲੀ, ਆ ਵੀ ਖਾਲੀ ਨਵੇਂ ਬਣੇ ਕੀ ਯਾਰ। ਇੱਧਰ ਮੈਂ ਪਨੀਰ, ਅੱਛਾ ਆ ਰਹੇ ਪਨੀਰ ਦੇ ਪੀਸ, ਮੈਂ ਵੀ ਕਹਾਂ ਕੁਛ ਕੁ ਪਨੀਰ ਦੇ ਪੀਸ ਬਣਾ ਕੇ ਰੱਖੇ ਸੀਗੇ ਮੈਂ। ਬੂਲੂ ਮੋਲਡ ਇੱਧਰ ਆ ਗਿਆ, ਆਂਡੇ ਆ ਗਏ ਬਾਈ ਆਪਣੇ ਇੱਧਰ ਨਹੀਂ, ਜਿਹੜੇ ਬਣ ਗਏ ਉਰਾਂ ਉਰਾਂ ਸਲਾਮੀਆਂ ਉੱਧਰ ਰੱਖਣੀਆਂ ਦੇਖ, ਆ ਰੈਡੀ ਵਾਲੀਆਂ ਆ ਖਾਨੇ 'ਚ। ਕਿੱਧਰ ਗਿਆ ਆ ਵੀ ਆ ਖਾਨੇ 'ਤੇ ਰੈਡੀ ਵਾਲੀਆਂ, ਲੋੜ ਬਾਅਦ 'ਚ ਇਕੱਠੀਆਂ ਕਰਦਿਆ ਕਰਾਂਗੇ। ਅਤੇ ਆਪਣੀਆਂ ਇੱਧਰ ਵੀ ਲਾਈਟਾਂ ਛੱਡਣ ਵਾਲੀਆਂ, ਗਾਵਾਂ ਸੁੱਤੀਆਂ ਪਈਆਂ ਦੇਖ ਲਈਏ, ਪਸ਼ੂਆਂ ਵਾਲੇ ਇੱਕ ਵਾਰੀ ਗੇੜਾ ਮਾਰਿਆ ਚੰਗਾ ਬਾਈ ਰਾਤ ਨੂੰ, ਸਾਰੇ ਜਾਨਵਰਾਂ ਵਾਲੇ ਇੱਕ ਵਾਰੀ ਰਾਤ ਨੂੰ ਗੇੜਾ ਮਾਰ ਆਉਂਦੇ ਹਾਂ ਆਪਾਂ, ਪਰਲੇ ਪਾਸੇ ਵੀ ਚੱਲਦੇ ਹਾਂ। ਟਰੈਕਟਰ ਖੜ੍ਹਾ ਆਪਣਾ ਇੱਧਰਲੇ ਪਾਸੇ, ਅਤੇ ਇੱਧਰ ਵੀ ਆਪਣੇ ਜਾਨਵਰ ਸੁੱਤੇ ਪਏ ਆਰਾਮ ਨਾਲ, ਇੱਧਰ ਵੀ ਆ। ਅਤੇ ਮੁੰਡੇ ਮੱਖੀਆਂ ਦਾ ਵੀ ਆਪਾਂ ਕੰਮ ਕਰਨਾ ਵਧਾਉਣਾ, ਹੋਰ ਹੋਰ ਮੱਖੀਆਂ ਲੈ ਕੇ ਆਉਣੀਆਂ ਵਾਹਵਾ ਸਾਰੀਆਂ, ਲੱਭ ਲੱਭ ਕੇ ਨਾ। ਜਦੋਂ ਮੱਖੀਆਂ ਹੋ ਗਈਆਂ ਆਪਣੇ ਕੋਲ 10 ਕੁ ਡੱਬੇ ਬਣ ਗਏ, ਉਦੋਂ ਵੇਚ ਕੇ ਆਇਆ ਕਰਾਂਗੇ ਇਕੱਠਾ ਬਿਜ਼ਨਸ ਬਾਈ। ਇੱਧਰ ਵੀ ਆਪਣੇ ਬੂਟੇ ਹੋ ਗਏ ਬਾਈ, ਕਿੱਡਾ ਸੋਹਣਾ ਲੱਗ ਰਿਹਾ ਬਾਈ। ਸੰਨੀ ਦਾ ਦਿਮਾਗ ਹੈ ਬਾਈ, ਜਿਹਨੂੰ ਜਿਹਨੂੰ ਲੱਗਦਾ ਸੰਨੀ ਦਾ ਦਿਮਾਗ ਹੈ ਕਮੈਂਟਾਂ ਦੇ ਵਿੱਚ ਲਿਖ ਦਿਓ। ਆਪਣੀ ਆ ਵੀ ਦੋਵੇਂ ਘੋੜੀਆਂ ਸੁੱਤੀਆਂ ਪਈਆਂ, ਆ ਕਿਵੇਂ ਮੂੰਹ ਬਾਹਰ ਦੇ ਕੇ ਸੁੱਤੀ ਪਈ ਅੱਧਾ, ਆ ਵੀ ਸੈੱਟ ਆ ਬਾਈ। ਆ ਵੀ ਘੋੜੇ ਆਪਣੇ, ਹੁਣ ਪਰਲੇ ਪਾਸੇ ਵੀ ਗੇੜਾ ਮਾਰ ਕੇ ਦੇਖ ਆਈਏ ਬਸ। ਆ ਜਾ ਬਾਈ ਸ਼ੇਰਾ, ਆ ਵੀ ਬਛੇਰੀ ਆਪਣੀ ਸੁੱਤੀ ਪਈ ਆ। ਹਾਂ ਬਾਈ ਸੁੱਤੀ ਦੇਖੋ ਕਿੱਡੀ ਨਿੱਕੀ ਜਿਹੀ ਲੱਗਦੀ ਹੈ ਬਾਈ, ਪਿਆਰੀ ਜੀ ਹੈ ਨਾ। ਅਤੇ ਆ ਗਿਆ ਆਪਣਾ ਬਾਈ ਘੋੜਾ, ਇਹ ਵੀ ਸੁੱਤਾ ਪਿਆ ਹੈ, ਅਤੇ ਇੱਧਰ ਵੀ ਆਪਣਾ ਘੋੜਾ ਸੁੱਤਾ ਪਿਆ ਬਾਈ। ਅਤੇ ਰੌਕੀ ਵੀ ਦੇਖ ਆਈਏ, ਹਾਏ ਓਏ ਬਾਈ ਮੈਂ ਰੌਕੀ ਦੇਖਣ ਚੱਲਿਆ ਸੀ ਬਾਈ, ਰੌਕੀ ਦਾ ਘਰ ਬਾਈ। ਸੰਨੀ ਘਰ ਤੋੜਦੀ ਹੈ ਯਾਰ ਰੌਕੀ ਦਾ, ਤੋੜਦੀ ਹੈ ਬਾਈ, ਨਹੀਂ ਜ਼ਿਆਦਾ ਯਾਦ ਆਊਗੀ ਇਹਦੀ ਬਾਈ ਰੌਕੀ ਦੀ। ਆਪਾਂ ਨੂੰ ਰੌਕੀ ਦਾ ਫੂਡ ਪਿਆ ਬਾਈ ਮੁੰਡਿਓ, ਆ ਰਿਹਾ ਰੌਕੀ ਦਾ ਫੂਡ। ਇੱਧਰ ਵੀ ਦੇਖ ਲਈ ਇੱਕ ਹੀ ਮੁਰਗੀ ਹੈ, ਉਹ ਮੁਰਗਾ ਚੱਕਤਾ ਆਪਾਂ, ਇੱਕ ਮੁਰਗਾ ਰੱਖਿਆ ਸੀ ਮੈਨੂੰ ਯਾਦ ਆ, ਕਿੱਧਰ ਗਿਆ? ਹੈਗਾ ਹੈਗਾ ਮੁਰਗਾ ਮੁੰਡਿਓ, ਸੌਂ ਗਿਆ। ਅਤੇ ਮੁੰਡਿਓ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ, ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਅਤੇ ਮਿਲਦੇ ਹਾਂ ਮੁੰਡਿਓ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ ਦਿਓ, ਹੱਸਦੇ ਰਹੋ ਮੁਸਕਰਾਉਂਦੇ ਰਹੋ, ਬਾਏ ਬਾਏ। ਪੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ, ਬੰਦ ਪਿਆ ਦਰਵਾਜ਼ਾ, ਹੁਣ ਬੰਦ ਪਿਆ ਦਰਵਾਜ਼ਾ ਕਿਉਂ ਫਾਟਕ ਫੋਟਕ, ਪੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ ਕਿਉਂ ਫਾਟਕ ਫੋਟਕ, ਪੂਰੇ ਦਾ ਔਖਾ।